ਹਲਕਾ ਵਿਧਾਇਕ ਤਰਨ ਤਾਰਨ ਦੇ ਵੱਲੋਂ ਔਰਤਾਂ ਨੂੰ ਮਾਣ ਸਨਮਾਨ ਦਿੰਦਿਆਂ ਨਗਰ ਕੌਂਸਲ ਦੇ ਵਿਚ ਬਣੀ ਮਹਿਲਾ ਪ੍ਰਧਾਨ ਸੁਵਿੰਦਰ ਕੌਰ ਸੀਨੀਅਰ ਵਾਈਸ ਮੀਤ ਪ੍ਰਧਾਨ ਰਾਕੇਸ਼ ਸ਼ਰਮਾ ਸੁਵਿੰਦਰ ਸਿੰਘ ਮੱਲੀ ਨੂੰ ਮੀਤ ਪ੍ਰਧਾਨ ਦਾ ਅਹੁਦਾ ਸੌਂਪਿਆ ਗਿਆ। ਇਸ ਮੌਕੇ ਦੇ ਉੱਤੇ ਤਰਨ ਤਾਰਨ ਨਗਰ ਕੌਂਸਲ ਦੇ ਵਿਚ ਅਹੁਦੇਦਾਰੀਆਂ ਨੂੰ ਲੈ ਕੇ ਕਾਫੀ ਜਸ਼ਨ ਮਨਾਇਆ ਜਾ ਰਿਹਾ ਅਤੇ ਆਤਿਸ਼ਬਾਜ਼ੀ ਚਲਾਈ ਗਈ ਹੈ। ਹਲਕਾ ਵਿਧਾਇਕ ਡਾਕਟਰ ਧਰਮਵੀਰ ਅਗਨੀਹੋਤਰੀ ਨੇ ਕਿਹਾ ਕਿ ਮੁੱਖ ਮੰਤਰੀ ਦੇ ਹੁਕਮਾਂ ਦੇ ਅਨੁਸਾਰ ਔਰਤਾਂ ਨੂੰ ਮਾਣ ਸਨਮਾਨ ਦਿੰਦਿਆਂ ਅਸੀਂ ਮੁੱਖ ਅਹੁਦਿਆਂ ਦੇ ਉੱਤੇ ਔਰਤਾਂ ਨੂੰ ਨਿਯੁਕਤ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸ਼ਹਿਰ ਦਾ ਨਿਰਪੱਖ ਵਿਕਾਸ ਕਰਵਾਵਾਂਗੇ ਅਤੇ ਰੁਕੇ ਹੋਏ ਕੰਮ ਨੇਪਰੇ ਚੜਵਾਵਾਂਗੇ। ਦੂਜੇ ਪਾਸੇ ਨਵੀਂ ਬਣੀ ਨਗਰ ਕੌਂਸਲ ਪ੍ਰਧਾਨ ਸੁਵਿੰਦਰ ਕੌਰ ਨੇ ਵੀ ਕਿਹਾ ਸ਼ਹਿਰ ਦਾ ਵਿਕਾਸ ਕਰਵਾ ਕੇ ਸੁੰਦਰੀਕਰਨ ਕੀਤਾ ਜਾਵੇਗਾ ਅਤੇ ਨੁਹਾਰ ਬਦਲੀ ਜਾਵੇਗੀ। ਇਸ ਮੌਕੇ ਦੇ ਉੱਤੇ ਸੀਨੀਅਰ ਕਾਂਗਰਸੀ ਆਗੂ ਡਾਕਟਰ ਸੰਦੀਪ ਅਗਨੀਹੋਤਰੀ ਨੇ ਦੱਸਿਆ ਕਿ ਨਗਰ ਕੌਂਸਲ ਦੇ ਅਹੁਦੇ ਸਰਬਸੰਮਤੀ ਦੇ ਨਾਲ ਦਿੱਤੇ ਗਏ ਨੇ ਅਤੇ ਸਮੂਹ ਅਹੁਦੇਦਾਰ ਸ਼ਹਿਰ ਦੀ ਨੁਹਾਰ ਬਦਲਣ ਦੇ ਲਈ ਦਿਨ ਰਾਤ ਕੰਮ ਕਰਨਗੇ। ਤਰਨ ਤਾਰਨ ਦੇ ਇਤਿਹਾਸ ਵਿੱਚ ਪਹਿਲੀ ਮਹਿਲਾ ਜਿਹੜੀ ਹੈਗੀ ਆ ਨਗਰ ਪਾਲਿਕਾ ਤਰਨ ਤਾਰਨ ਦੀ ਪ੍ਰਧਾਨ ਬਣਾਈ ਗਈ ਆ ਔਰ ਖੁਸ਼ੀ ਵਾਲੀ ਗੱਲ ਆ ਵੀ ਜਿਹੜੀ ਸੀਨੀਅਰ ਵਾਈਸ ਪ੍ਰੈਜੀਡੈਂਟ ਹੈ ਉਹ ਵੀ ਮਹਿਲਾ ਬਣਾਈ ਗਈ। ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਮਹਾਰਾਜਾ ਕੈਪਟਨ ਸਾਹਿਬ ਦੇ ਆਦੇਸ਼ ਨੇ ਕਿ ਪੰਚਾਇਤ ਇਲੈਕਸ਼ਨਾਂ ਮਿਊਂਸਪੈਲਿਟੀ ਇਲੈਕਸ਼ਨਾਂ ਦੇ ਵਿੱਚ 50% ਜਿਹੜੀ ਹੈਗੀ ਆ ਅਹੁਦੇਦਾਰੀ ਜਿਹੜੀ ਔਰਤਾਂ ਨੂੰ ਦਿੱਤੀ ਜਾਏਗੀ, ਔਰਤਾਂ ਦਾ ਸਨਮਾਨ ਕੀਤਾ ਜਾਊਗਾ ਔਰ ਅਸੀਂ 50% ਤੋਂ ਉੱਤੇ ਕਰ ਦਿੱਤਾ ਵਾ ਕਿ ਦੋ ਮਹਿਲਾ ਨੂੰ ਜਿਹੜੀਆਂ ਨੇ ਪ੍ਰਧਾਨ ਅਤੇ ਵਾਈਸ ਪ੍ਰਧਾਨ ਬਣਾਤਾ ਔਰ ਮੈਨੂੰ ਉਮੀਦ ਆ ਔਰ ਸਾਡੇ ਪ੍ਰਧਾਨ ਜੀ ਸੀਨੀਅਰ ਵਾਈਸ ਪ੍ਰਧਾਨ ਜੀ ਵਾਈਸ ਪ੍ਰਧਾਨ ਜਿਹੜੇ ਮੱਲੀ ਸਾਹਿਬ ਨੇ ਸਾਰੇ ਰਲ ਮਿਲ ਕੇ ਸ਼ਹਿਰ ਦੇ ਵਿਕਾਸ ਦੇ ਲਈ ਇਕਜੁੱਟ ਹੋ ਕੇ ਜਿਹੜੇ ਕੰਮ ਪਿਛਲੀ ਸਰਕਾਰ ਦੇ ਵੇਲੇ ਰਹਿ ਗਏ ਨੇ ਜਾਂ ਜਿਹੜੀਆਂ ਉਹਨਾਂ ਨੇ ਕ੍ਰਿਤੀਆਂ ਕੀਤੀਆਂ ਨੇ ਸਾਰੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਬਰੀਕੀ ਦੇ ਨਾਲ ਜਾਂਚ ਕੇ ਜਿਹੜੇ ਗਲਤ ਕੰਮ ਹੋਏ ਉਹਨਾਂ ਦੀ ਜਾਂਚ ਕਰਾਈ ਜਾਏਗੀ। ਕਿਉਂਕਿ ਜਿੰਨਾ ਚਿਰ ਤੱਕ ਬੌਡੀ ਪੂਰੀ ਨਹੀਂ ਬਣਦੀ, ਪ੍ਰਧਾਨ ਨਹੀਂ ਬਣਦਾ, ਵਾਈਸ ਪ੍ਰਧਾਨ ਨਹੀਂ ਬਣਦਾ, ਸੀਨੀਅਰ ਵਾਈਸ ਪ੍ਰਧਾਨ ਨਹੀਂ ਬਣਦਾ, ਉਹਨਾਂ ਚਿਰ ਤੱਕ ਕੋਈ ਵੀ ਰੈਜੂਲੇਸ਼ਨ ਪਾਸ ਨਹੀਂ ਹੋ ਸਕਦਾ, ਕੋਈ ਗ੍ਰਾਂਟ ਸਰਕਾਰ ਕੋਲੋਂ ਲਈ ਨਹੀਂ ਜਾ ਸਕਦੀ। ਇਸ ਕਰਕੇ ਇਹ ਜਿਹੜੀ ਸੀ ਪ੍ਰਕਿਰਿਆ ਪੂਰੀ ਕੀਤੀ ਗਈ ਆ ਔਰ ਸਾਨੂੰ ਉਮੀਦ ਹੈ ਵੀ ਅਜੇ 1.5-2 ਸਾਲ ਇਸ ਮਿਊਂਸਪੈਲਿਟੀ ਕੋਲ ਹੋ ਗਏ ਨੇ ਔਰ ਸ਼ਹਿਰ ਦਾ ਵਿਕਾਸ ਬਣਦੀ ਦੇ ਲੈ ਕੇ। ਹਾਂਜੀ, ਅਕਾਲੀ ਕੌਂਸਲ ਨੂੰ ਦੇਖੋ ਸਾਰਿਆਂ ਨੂੰ ਜਿਹੜੇ ਸਿੱਧਾ ਸੱਦਾ ਦਿੱਤਾ ਗਿਆ ਵਾ ਔਰ ਮੇਰਾ ਖਿਆਲ ਵੀ ਅਕਾਲੀ ਦਲ ਦੇ ਵੀ ਕਈ ਇੱਥੇ ਕੌਂਸਲਰ ਆਏ ਹੋਣਗੇ, ਨਹੀਂ ਕੋਈ ਆਇਆ ਤਾਂ ਸ਼ਾਇਦ ਹੋ ਸਕਦਾ ਕਿਸੇ ਰਜਿਵੇਂ ਕਰਕੇ ਨਾ ਹੋਵੇ, ਇਹ ਖੁੱਲ੍ਹਾ ਸੱਦਾ ਸੀ ਸਾਰਿਆਂ ਨੂੰ ਇੱਕ ਪਾਰਟੀ। ਹਾਂਜੀ, ਸ਼ਹਿਰ ਦੇ ਵਿੱਚ ਨਹੀਂ ਸਾਰੇ ਪੰਜਾਬ ਦੇ ਵਿੱਚ ਠੱਲ ਪੈ ਚੁੱਕੀ ਆ, ਜਿਹੜੇ 10-15% ਰਹਿੰਦੇ ਨੇ ਹਾਲੀ, ਮੈਂ ਤੁਹਾਡਾ ਬਿਲਕੁਲ ਸਹਿਮਤ ਹੈਗਾ ਵਾਂ। ਉਹਦੇ ਵੀ ਸਾਡੇ ਇੱਥੇ SHO ਸਾਹਿਬ ਬੜੇ ਵਧੀਆ ਆਏ ਨੇ, DP ਸਾਹਿਬ ਨੇ, SSP ਸਾਰੇ ਰਲ ਮਿਲ ਕੇ ਜਿਹੜੀ ਸ਼ਹਿਰ ਦੀਆਂ ਜਿਹੜਾ ਤੁਹਾਡੇ ਪ੍ਰੈਸ ਵਾਲਿਆਂ ਦੀ ਗੱਲ ਬਣਦੀ ਵੀ ਇਹ ਜਿਹੜੀ ਕੋਈ ਨਸ਼ਾ ਵੇਚਦਾ ਵਾ, ਜੇ ਤੁਹਾਨੂੰ ਕੁਛ ਪਤਾ ਲੱਗੇ ਸਾਰੀ ਸੰਗਤ ਨੂੰ ਹੀ ਉਹ ਸਾਡੇ ਤੱਕ ਪਹੁੰਚਾਓ ਔਰ ਉਹਦੀ ਰੋਕਥਾਮ ਕੀਤੀ ਜਾਏਗੀ, ਸ਼ਹਿਰ ਦੇ ਵਿੱਚ ਨਸ਼ਾ ਬਿਲਕੁਲ ਖਤਮ ਕੀਤਾ ਜਾਏਗਾ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰਿਆਂ ਦਾ, ਡਾਕਟਰ ਸਾਹਿਬ ਦਾ ਵੀ, ਸਾਰੇ ਭੈਣ ਭਰਾਵਾਂ ਦਾ ਵੀ। ਹਾਂਜੀ, ਤੇ ਉਹ ਨਿਭਾਵਾਂਗੇ ਪੂਰੀ। ਹਾਂਜੀ, ਜੋ ਜ਼ਿੰਮੇਵਾਰੀ ਆ ਸਾਰੀ ਨਿਭਾਵਾਂਗੇ। ਜਿਹੜੇ ਅਹੁਦੇਦਾਰ ਆ ਵਾਈਸ ਪ੍ਰਧਾਨ, ਸੀਨੀਅਰ ਵਾਈਸ ਪ੍ਰਧਾਨ ਅਤੇ ਪ੍ਰਧਾਨ ਚੁਣਦੇ ਆ ਔਰ ਅੱਜ ਉਹਨਾਂ ਦੀ ਤਾਜ ਖੁਸ਼ੀ ਆ, ਬੜੇ ਹੀ ਵਧੀਆ ਢੰਗ ਦੇ ਨਾਲ ਇਹ ਸਾਰਾ ਕੁਛ ਹੋਇਆ ਵਾ
ਔਰ ਪਰਮਾਤਮਾ ਅੱਗੇ ਅਰਦਾਸ ਆ ਕਿ ਸਾਡੇ ਤਰਨ ਤਾਰਨ ਸ਼ਹਿਰ ਨੂੰ ਜਿਹੜੇ ਨਵੇਂ ਤਿੰਨੇ ਪ੍ਰਧਾਨ ਮਿਲੇ ਨੇ ਇਹ ਸਾਰੇ ਇਕੱਠੇ ਹੋ ਕੇ ਕੰਮ ਕਰਨਗੇ ਔਰ ਸ਼ਹਿਰ ਦੀ ਤਰੱਕੀ ਵਾਸਤੇ ਆਪਣੇ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਨਗਰੀ ਆ ਸਾਰਾ ਕੁਛ ਚੜ੍ਹਦੀ ਕਲਾ ਚੋ ਥੈਂਕ ਯੂ ਜਿਹੜੀ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਆ ਸ਼੍ਰੀ ਗੁਰੂ ਅਰਜਨ ਦੇਵ ਅਤੇ ਆਸ਼ੀਰਵਾਦ ਨਾਲ ਉਹਨਾਂ ਦੇ ਆਸ਼ੀਰਵਾਦ ਨਾਲ ਜਿਹੜੀ ਮੈਨੂੰ ਦਿੱਤੀ ਗਈ ਉਹਦਾ ਅਸੀਂ ਪਾਲਣ ਕਰਨਾ ਹੈ ਇਹਦਾ ਉਹਦਾ ਅਸੀਂ ਪਾਲਣ ਕਰਨਾ ਹੈ ਜੀ ਕਿਹੜੀ ਜ਼ਿੰਮੇਵਾਰੀ ਮਿਲੀ ਕਿਹੜਾ ਅਹੁਦਾ ਮਿਲਿਆ ਪ੍ਰਧਾਨ ਦੀ ਨਗਰ ਕੌਂਸਲ ਦਾ ਸੀਨੀਅਰ ਵਾਈਸ ਪ੍ਰਧਾਨ ਦੀ ਦਿੱਤੀ ਗਈ ਜੋ ਸਾਨੂੰ ਸਮਝਿਆ ਨਾ ਉਹ ਦਿੱਤੀ ਗਈ ਅਤੇ ਉਹਦਾ ਅਸੀਂ ਪਾਲਣ ਕਰਨਾ ਹੈ ਜੋ ਪਾਰਟੀ ਨੇ ਮੈਨੂੰ ਆਖਿਆ ਉਹ ਬੰਦੇ ਤੇ ਮੈਂ ਤੁਸੀਂ ਕੋਸ਼ਿਸ਼ ਹੋ ਜੀ ਇਹਦੇ ਵਿੱਚ ਤੁਹਾਡਾ ਕੀ ਕਹਿਣਾ ਇਹਦੇ ਵਿੱਚ ਉਹ ਜੋ ਪਾਰਟੀ ਮੈਨੂੰ ਕਹੂਗੀ ਉਹਦੇ ਨਾਲ ਹੀ ਮੈਂ ਚੱਲਣਾ ਭਾਜੀ ਜਿਸ ਪਾਰਟੀ ਨਾਲ ਮੈਂ ਆਇਆ ਬਾਕੀ ਜਿਹੜਾ ਇੱਥੇ ਸਾਡਾ ਸਾਖਤਾ ਹੈਗਾ ਤੁਸੀਂ ਜ਼ਿਆਦਾ ਮੇਰੇ ਨਾਲ ਜ਼ਿਆਦਾ ਸਿਆਣੇ ਜਦੋਂ ਮੈਨੂੰ ਉਹਦੀਆਂ ਗੱਲਾਂ ਨਾ ਕਹਾਓ ਗੱਲ ਕਰੀਏ ਮੈਨੂੰ ਮੈਂ ਸਾਰਿਆਂ ਨੂੰ ਨਾਲ ਲੈ ਕੇ ਜਾਣਾ ਭਾਵੇਂ ਉਹ ਬੀਜੇਪੀ ਵਾਲਾ ਭਾਵੇਂ ਉਹ ਕਾਂਗਰਸੀ ਆ ਭਾਵੇਂ ਉਹ ਅਕਾਲੀ ਦਲ ਆ ਭਾਵੇਂ ਉਹ ਬੀਐਸਪੀ ਵਾਲਾ ਮੈਂ ਸ਼ਹਿਰ ਦੇ ਵਿਕਾਸ ਵਾਸਤੇ ਸਾਰੇ ਨਾਲ ਲੈ ਕੇ ਚੱਲਣਾ ਤਰਨ ਤਾਰਨ ਤੋਂ ਵਿਜੇ ਅਰੋੜਾ ਦੀ ਰਿਪੋਰਟ